ਰਾਜाराम ਹੰਡੇਆ ਦੀ ਪੁਸਤਕ ਦੁਖੀਆਂ ਦੀ ਦਾਸਤਾਂ ਮਾਨਸਿਕ ਰੋਗੀਆਂ ਦੀਆਂ ਸੱਚੀਆਂ ਕਹਾਣੀਆਂ ਕਹਾਣੀ ਦਾ ਨਾਮ ਹੈ ਮੁੰਡਾ ਵਿਗੜ ਗਿਆ ਇਹ ਪਹਿਲਾ ਮੌਕਾ ਸੀ ਜਦੋਂ ਪੂਰੀ ਤਰ੍ਹਾਂ ਸਫਲ ਹੋਇਆ ਸੀ ਇਸੇ ਕਰਕੇ ਇਸ ਘਟਨਾ ਨੂੰ ਯਾਦ ਕਰ ਕਰਕੇ ਉਹ ਬੇਚੈਨ ਹੋਈ ਜਾ ਰਿਹਾ ਸੀ ਜਿੰਨਾ ਉਹ ਅੱਜ ਦੀ ਇਸ ਘਟਨਾ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਨਾ ਹੀ ਉਹਦਾ ਦਿਮਾਗ ਚੱਕਰਾ ਰਿਹਾ ਸੀ ਦੀ ਮਾਗੂ ਤੇ ਨਾ ਬੋਝ ਪੈ ਗਿਆ ਸੀ ਕਿ ਨਾੜਾਂ ਫਟਣ ਵਾਲੀਆਂ ਹੋ ਗਈਆਂ ਸੀ ਆਖਿਰ ਜੇ ਆ ਕਿਉਂ ਹੋ ਗਿਆ ਸੀ ਪਹਿਲਾਂ ਜੇ ਆ ਕਦੇ ਕਿਉਂ ਨਹੀਂ ਸੀ ਹੋਇਆ ਕਿ ਉਹ ਸਦਾ ਲਈ ਸਫਲ ਰਹੇਗਾ ਇਹ ਹੀ ਸਾਰੇ ਸਵਾਲ ਸਨ ਜਿਹੜੇ ਲੱਖੀ ਨੂੰ ਪਰੇਸ਼ਾਨ ਕਰ ਰਹੇ ਸਨ ਦੋਸਤਾਂ ਤੋਂ ਵਿਛੜ ਕੇ ਜਦੋਂ ਘਰ ਆ ਗਿਆ ਤਾਂ ਉਹਦੀ ਮਾਂ ਨੇ ਪਹਿਲਾ ਸਵਾਲ ਇਹੀ ਪੁੱਛਿਆ ਕਿ ਉਹ ਸਾਰੀ ਰਾਤ ਕਿੱਥੇ ਰਿਹਾ ਸੀ ਇੱਕ ਸਰਸਰੀ ਜੇ ਉੱਤਰਦੀਪੇ ਕੋਲ ਸੀ ਦੇ ਕੇ ਉਹ ਚੁੱਪਚਾਪ ਆਪਣੇ ਕਮਰੇ 'ਚ ਜਾ ਕੇ ਬੈੱਡ ਤੇ ਢੇਰੀ ਹੋ ਗਿਆ ਮਾ ਨੇ ਚਾ ਪਿੰਡ ਬਾਰੇ ਪੁੱਛਿਆ ਤਾਂ ਉਹਨੇ ਅਜੇ ਨਹੀਂ ਕਹਿ ਕੇ ਟਾਲ ਦਿੱਤਾ ਮਾਂ ਆਪਣੇ ਕਮਨਸ ਲੱਗ ਗਈ ਤੇ ਉਹਦਾ ਲਾਡਲਾ ਜਵਾਨ ਪੁੱਤ ਰਾਤ ਦੀ ਘਟਨਾ ਬਾਰੇ ਸੋਚ-ਸੋਚ ਕੇ ਪਾਗਲ ਹੋਇਆ ਜਾ ਰਿਹਾ ਸੀ ਰਾਤ ਦੀ ਨੀਂਦ ਤੇ ਬੇਚੈਨੀ ਕਾਰਨ ਉਹ ਕੁਝ ਦੇਰ ਤੱਕ ਉਸਲਵੱਟੇ ਲੈਂਦਾ ਰਿਹਾ ਤੇ ਫਿਰ ਪਤਾ ਨਹੀਂ ਕਦੋਂ ਉਹਨੂੰ ਨੀਂਦ ਆ ਗਈ ਲਖਵੀਰ ਸਿੰਘ ਆਪਣੇ ਮਾਪਿਓ ਦੀ ਇਕਲੌਤੀ ਸੰਤਾਨ ਸੀ ਜ਼ਮੀਨ ਜਾਇਦਾਦ ਚੁੱਕੀ ਸੀ ਜਿਸ ਕਰਕੇ ਜੱਟ ਦੇ ਪੁੱਤ ਦਾ ਪਾਲਣ-ਪੋਸਨ ਸਰਦਾਰੀ ਟੌਰ ਵਿੱਚ ਹੀ ਹੋਇਆ ਸੀ ਬਚਪਨ ਤੋਂ ਲੈ ਕੇ ਅੱਜ ਤੱਕ ਉਹਦੀ ਹਰ ਇੱਛਾ ਪੂਰੀ ਹੁੰਦੀ ਆਈ ਸੀ ਸ਼ਾਇਦ ਇਹੀ ਕਾਰਨ ਸੀ ਕਿ ਉਹ ਬਚਪਨ ਤੋਂ ਹੀ ਬੜਾ ਜ਼ਿੱਦੀ ਸੀ ਤੇ ਆਪਣੀ ਮਨਮਰਜ਼ੀ ਕਰਦਾ ਸੀ ਕੁਝ ਘਰਾਂ 'ਚ ਬਚਪਨ ਤੋਂ ਹੀ ਬੱਚਿਆਂ ਦਾ ਪਾਲਣ ਪੋਸ਼ਣ ਜਏ ਢੰਗ ਨਾਲ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਮੂੰਹ ਦੇ ਬੋਲ ਪੁਗਾਏ ਜਾਂਦੇ ਆਂ ਭਾਵ ਮਾਂ ਬਾਪੂ ਨਾਲ ਦੀ ਹਰ ਇੱਕ ਚੰਗੀ ਮਾੜੀ ਇੱਛਾ ਪੂਰੀ ਕਰਦੇ ਆਂ ਇਹੀ ਕਾਰਨ ਹੈ ਕਿ ਬਹੁਤੇ ਘਰਾਂ ਦੇ ਬੱਚੇ ਗੁੱਸੈਲ ਜ਼ਿੱਦੀ ਅੜੀਲ ਬਣ ਜਾਂਦੇ ਆਂ ਖਾਸ ਤੌਰ ਤੇ ਅਜੇ ਘਰਾਂ 'ਚ ਜਿੱਥੇ ਇੱਕੋ ਇੱਕ ਬੱਚਾ ਹੋਵੇ ਤੇ ਵਿਸ਼ੇਸ਼ ਤੌਰ ਤੇ ਮੁੰਡਾ ਹੋਵੇ ਲਖਵੀਰ ਦਾ ਪਾਲਣ ਪੋਸਣ ਵੀ ਅਜਿਹੀ ਢੰਗ ਨਾਲ ਹੋਇਆ ਸੀ ਕਿਸ਼ੋਰ ਅਵਸਥਾ ਵਿੱਚ ਹੀ ਲਖਵੀਰ ਦਾ ਧਿਆਨ ਪੜਾਈ ਦੀ ਥਾਂ ਹੋਰ ਨਾ ਕਮਾਂਵਲ ਵਧੇਰੇ ਰਹਿੰਦਾ ਸੀ ਉਹਦੇ ਕਈ ਦੋਸਤ ਸਨ ਲਗਭਗ ਸਾਰੇ ਦੋਸਤੋ ਦੇ ਵਾਂਗ ਚੰਗੇ ਅਮੀਰ ਘਰਾਂ ਦੇ ਸਨ ਅਮੀਰ ਘਰਾਂ ਦੇ ਮੁੰਡੇ ਜਿਨ੍ਹਾਂ ਉੱਤੇ ਬਚਪਨ ਤੋਂ ਹੀ ਕੋਈ ਪਾਬੰਦੀ ਨਹੀਂ ਲਗਾਈ ਜਾਂਦੀ ਉਹ ਅਕਸਰ ਵਿਗੜ ਜਾਂਦੇ ਆ ਕਿਸ਼ੋਰ ਅਵਸਥਾ 'ਚ ਜੇਕਰ ਅਜੇ 5-7 ਮੁੰਡੇ ਇਕੱਠੇ ਰਹਿਣ ਲੱਗ ਪੈਣ ਤਾਂ ਲਾਜ਼ਮੀ ਤੌਰ ਤੇ ਉਹ ਅਨੈਤਿਕਤਾ ਦਾ ਸ਼ਿਕਾਰ ਹੋ ਜਾਂਦੇ ਆ ਸਕੂਲਾਂ ਕਾਲਜਾਂ ਦੇ ਅਨੁਸ਼ਾਸਨ ਦੀ ਵੀ ਅਜੇ ਮੁੰਡੇ ਘੱਟ ਹੀ ਪਰਵਾਹ ਕਰਦੇ ਆ ਲਖਵੀਰ ਨੂੰ ਵੀ ਅਜੇ ਮੁੰਡਿਆਂ ਦਾ ਸਾਥ ਬਚਪਨ ਤੋਂ ਹੀ ਮਿਲਿਆ ਸੀ ਅਸਲ 'ਚ ਮਾਂ-ਬਾਪ ਨੇ ਉਸ ਉੱਤੇ ਕੋਈ ਪਾਬੰਦੀ ਲਾਈ ਨਹੀਂ ਸੀ ਜਿਸ ਕਰਕੇ ਚੜ੍ਹਦੀ ਜਵਾਨੀ 'ਚ ਉਹਦੇ ਉਲੰਭੇ ਆਉਣ ਲੱਗ ਪਏ ਸੀ ਲਖਵੀਰ ਦਾ ਘਰੇਲੂ ਤੇ ਛੋਟਾ ਨਾਮ ਲਖੀ ਸੀ ਸਾਰੇ ਪਿੰਡ ਦੇ ਚੋਂ ਲੱਖੀ ਦੇ ਨਾਮ ਨਾਲ ਹੀ ਵਿਧੇਰੇ ਜਾਣਿਆ ਜਾਂਦਾ ਸੀ। ਪੜ੍ਹਾਈ 'ਚ ਬਹੁਤਾ ਧਿਆਨ ਨਾ ਦੇਣ ਕਾਰਨ ਲੱਖੀ ਨੇ ਜਿਵੇਂ ਕਿਵੇਂ 10ਵੀਂ ਪਾਸ ਕਰ ਲਈ। ਫਿਰ ਉਹ ਅਗਲੀ ਪੜ੍ਹਾਈ ਲਈ ਸ਼ਹਿਰ ਦੇ ਸਕੂਲ 'ਚ ਦਾਖਲ ਹੋ ਗਿਆ। ਸ਼ਹਿਰ ਦੀ ਹਵਾ ਲੱਗਦੇ ਹੀ ਲੱਖੀ 'ਚ ਇੱਕਦਮ ਵੱਡੇ ਹੋਣ ਦਾ ਅਹਿਸਾਸ ਜਾਗ ਪਿਆ। ਉਹ ਤੇ ਉਹਦਾ ਦੋਸਤ ਸੁਖਦੀਪ ਇਕੱਠੇ ਪੜ੍ਹਨ ਆਉਂਦੇ ਪਰ ਪੜ੍ਹਨ ਦੀ ਥਾਂ ਕੁਝ ਹੋਰ ਹੀ ਤਲਾਸ਼ ਕਰਦੇ ਰਹਿੰਦੇ। ਲੱਖੀ ਦੇ ਬਚਪਨ 'ਚ ਭਾਵੇਂ ਕੇਸ ਰੱਖੇ ਗਏ ਸਨ ਪਰ ਜਲਦੀ ਉਹਨੇ ਕੇਸ ਕਟਵਾ ਦਿੱਤੇ ਤੇ ਉਹਦਾ ਬਹੁਤਾ ਧਿਆਨ ਆਪਣੇ ਆਪ ਨੂੰ ਸੋਹਣਾ ਬਣਾਉਣ 'ਚ ਰਹਿੰਦਾ। ਭਾਵੇਂ ਘਰ 'ਚ ਖਾਣ-ਪੀਣ ਦੀ ਪੂਰੀ ਖੁੱਲ ਸੀ। ਫਿਰ ਵੀ ਲਖੀ ਦੀ ਸਰੀਰਕ ਦਿੱਖ ਸਰਦਾਰਾਂ ਦੇ ਹੱਟੇ-ਕੱਟੇ ਨੌਜਵਾਨ ਮੁੰਡਿਆਂ ਵਰਗੀ ਨਹੀਂ ਸੀ। ਉਹ ਪਤਲੇ ਹੀ ਕਹਿਰੇ ਸਰੀਰ ਦਾ ਦਰਮਿਆਨੀ ਕੱਦ-ਗਾਠ ਕਣਕਵੰਨੇ ਰੰਗ ਵਾਲਾ ਪਤਲੇ ਨੈਣ ਨਕਸ ਵਾਲਾ ਮੁੰਡਾ ਸੀ। ਪਰ ਉਹਦਾ ਦੋਸਤ ਸੁਖਦੀਪ ਦੀਪੀ ਜ਼ਰੂਰ ਚੰਗੇ ਤਕੜੇ ਸਰੀਰ ਵਾਲਾ ਸੀ। ਦੋਵੇਂ ਦੋਸਤ ਸ਼ਹਿਰ ਚੋਂ ਜੋ ਕੁਝ ਤਲਾਸ਼ ਕਰਦੇ ਹੌਲੀ-ਹੌਲੀ ਉਹਨਾਂ ਨੂੰ ਮਿਲਣ ਲੱਗ ਪਿਆ ਸੀ। ਹੌਲੀ-ਹੌਲੀ ਉਹਨਾਂ ਦੀ ਇਹ ਤਲਾਸ਼ ਵੱਧਦੀ ਜਾ ਰਹੀ ਸੀ। ਡਿਗਦੇ ਟੈਂਦੇ ਉਹ 11ਵੀਂ ਜਮਾਤ ਤਾਂ ਪਾਸ ਕਰ ਗਏ ਪਰ 12ਵੀਂ ਜਮਾਤ ਤੋਂ ਫੇਲ ਹੋ ਗਏ। ਘਰਦਿਆਂ ਨੇ ਬੜਾ ਜ਼ੋਰ ਲਾਇਆ ਪਰ ਉਹਨਾਂ ਨੇ ਪੜ੍ਹਾਈ ਵੱਲ ਵਾਲਾ ਜੂਲਾ ਗਲੋਂ ਲਾ ਕੇ ਛੁੱਟ ਦਿੱਤਾ। ਉਹਨਾਂ ਆਪਣੇ ਸਰਦਾਰੀ ਖੇਤੀ ਵੱਲ ਧਿਆਨ ਦੇਣ ਲੱਗੇ। ਦੋਵੇਂ ਦੋਸਤ ਪਿੰਡ 'ਚ ਅਕਸਰ ਹੀ ਇਕੱਠੇ ਰਹਿੰਦੇ, ਖਾਂਦੇ-ਪੀਂਦੇ। ਕਈ ਵਾਰ ਰਾਤ ਨੂੰ ਵੀ ਖੇਤਾਂ 'ਚ ਲੱਗੇ ਟਿਊਬਵਲਾਂ ਲਈ ਬਣੇ ਕਮਰਿਆਂ 'ਚ ਗੁਜ਼ਾਰ ਲੈਂਦੇ। ਹੌਲੀ-ਹੌਲੀ ਉਹਨਾਂ ਦੇ ਜੁੰਡਲੀ ਥੋਰ ਸਾਥੀ ਵੀ ਜੁੜਦੇ ਗਏ ਪੰਜਾਬ ਦੇ ਮੁੰਡਿਆਂ ਨੂੰ ਜ਼ਿੰਦਗੀ ਦੇ ਸਫ਼ਰ ਤੋਂ ਪਟਕਾਉਣ ਵਾਲੇ ਸੰਕੜੇ ਗੀਤ ਅਜੇ ਬਣੇ ਹਨ ਜਿਸ ਜੱਟਾਂ ਦੇ ਮੁੰਡਿਆਂ ਦੀ ਜ਼ਿੰਦਗੀ ਦਾ ਮਕਸਦ ਖਾਣਾ ਪੀਣਾ ਆਸ਼ਕੀ ਜਾਂ ਯਾਸ਼ੀ ਕਰਨੇ ਹੀ ਪੇਸ਼ ਕੀਤਾ ਜਾਂਦਾ ਹੈ ਇਹਨਾਂ ਗੀਤਾਂ ਦਾ ਮਾੜਾ ਅਸਰ ਜੋ ਕਿ ਨੌਜਵਾਨ ਪੀੜ੍ਹੀ ਉੱਤੇ ਪੈਂਦਾ ਸਪਸ਼ਟ ਨਜ਼ਰ ਆ ਰਿਹਾ ਹੈ ਖੇਤਾਂ ਦੇ ਵਿੱਚ ਮੋਟਰਾਂ ਵਾਲੀਆਂ ਕੋਠਿਆਂ ਤੇ ਜਾ ਕੇ ਪੰਜ ਸੱਤ ਮੁੰਡਿਆਂ ਦੀ ਟੋਲੀ दारू ਪਿੰਦੀ ਮੀਟ ਖਾਂਦੀ ਇਹ ਐਸ਼ੀ ਕਰਦੀ ਹੈ ਕਈ ਵਾਰ ਤਾਂ दारू ਵੀ ਦੇਸੀ ਘੱਟ ਕੇ ਪੀਤੇ ਜਾਂਦੀ ਹੈ ਉੱਥੇ ਮੁਰਗੇ ਜਾਂ ਬੱਕਰੇ ਦਾ ਮੀਟ ਵੀ ਬਣਾਇਆ ਜਾਂਦਾ ਹੈ ਉੱਥੇ ਕਿਰਾਏ ਦੀ ਕੋਈ ਕੁੜੀ ਜਾਂ ਔਰਤ ਲਿਆਂਦੀ ਜਾਂਦੀ ਹੈ ਜਿਹੜੀ ਕੁਝ ਸਮੇਂ ਲਈ ਸਾਰਿਆਂ ਦੀ ਸਾਂਝੀ ਭੁੱਖ ਮਟਾਉਂਦੀ ਹੈ ਪੰਜਾਬੀ ਗੀਤਕਾਰਾਂ ਦਾ ਸਾਰਾ ਜ਼ੋਰ ਹੀ ਇਹਨਾਂ ਗੱਲਾਂ ਨੂੰ ਉਭਾਰਨ ਉੱਤੇ ਲੱਗਿਆ ਹੋਇਆ ਹੈ ਕਿ ਸਰਦਾਰਾਂ ਦੇ ਮੁੰਡੇ ਤਾਂ ਐਸ਼ ਕਰਨ ਲਈ ਪੈਦਾ ਹੁੰਦੇ ਹੈ ਸ਼ਾਇਦ ਇਹੀ ਕਾਰਨ ਹੈ ਕਿ ਅੱਜ ਦੇ ਬਹੁਤੇ ਨੌਜਵਾਨ ਉੱਤੇ ਇਹਨਾਂ ਗੀਤਾਂ ਦਾ ਮਾੜਾ ਅਸਰ ਪਿਆ ਤੇ ਉਹ ਨੈਤਿਕਤਾ ਦੀਆਂ ਸਾਰੀਆਂ ਹੱਦਾਂ ਟੱਪ ਜਾਂਦੇ ਹਨ ਲਖੀ ਤੇ ਉਹਦੇ ਦੋਸਤਾਂ ਉੱਤੇ ਵੀ ਅਜੇ ਮਾੜੇ ਸੱਭਿਆਚਾਰਤਾ ਹੀ ਅਸਰ ਸੀ ਜਿਸ ਕਰਕੇ ਉਹਨਾਂ ਦੀ ਜ਼ਿੰਦਗੀ ਦਾ ਮੁੱਖ ਉਦੇਸ਼ ਹੀ ਖਾਣਾ ਪੀਣਾ ਭੋਗਣਾ ਬਣ ਗਿਆ ਉਹ ਕਈ ਦੋਸਤ ਇਕੱਠੇ ਹੁੰਦੇ ਤੇ ਹਮੇਸ਼ਾ ਹੀ ਸਕੀਮਾਂ ਬਣਾਉਂਦੇ ਕਦੋਂ ਕਿਹਨੂੰ ਕਿੱਥੇ ਲਿਜਾਇਆ ਜਾਵੇ ਤੇ ਰਾਸਲੀਲਾ ਰਚਾਈ ਜਾਵੇ ਪੂੰਜੀਵਾਦੀ ਵਿਵਸਥਾ ਨੇ ਹਰ ਚੀਜ਼ ਨੂੰ ਮੰਡੀ 'ਚ ਵੇਚਣ ਵਾਲੀ ਸ਼ੈ ਬਣਾ ਦਿੱਤਾ ਹੈ। ਹਰ ਚੀਜ਼ ਖਰੀਦੀ-ਵੇਚੀ ਜਾਣ ਲੱਗੀ ਹੈ। ਤਾਂ ਔਰਤ ਇਸ ਮੰਡੀ ਤੋਂ ਕਿਵੇਂ ਬਚ ਸਕਦੀ ਹੈ? ਉਹਦੀ ਵੀ ਕੀਮਤ ਲੱਗਦੀ ਹੈ। ਬਸ ਔਰਤ ਔਰਤ 'ਚ ਫਰਕ ਹੈ। ਕਿਸੇ ਦੀ ਕੀਮਤ ਸੈਂਕੜਿਆਂ 'ਚ ਕਿਸੇ ਦੀ ਲੱਖਾਂ ਕਰੋੜਾਂ 'ਚ ਲੱਗਦੀ ਹੈ। ਇਸ ਮੰਡੀ ਦੀ ਬਦੌਲਤ ਹੀ ਦੇ ਵਪਾਰ ਦਾ ਧੰਦਾ ਦੇਸ਼ ਦੇ ਹਰ ਪਿੰਡ, ਸ਼ਹਿਰ, ਗਲੀ, ਮਹੱਲੇ 'ਚ ਵੱਡੇ ਪੱਧਰ ਤੇ ਚੱਲ ਪਿਆ ਹੈ। ਇਸ ਦੇ ਦੇ ਖਰੀਦਦਾਰ ਵੀ ਹਰਥਾਂ ਮੌਜੂਦ ਹੈ। ਹੁਣ ਤਾਂ ਪਿੰਡਾਂ 'ਚ ਵੀ ਇਹ ਦੇ ਵਪਾਰ ਦਿਨ-ਪ੍ਰਤੀ-ਦਿਨ ਆਪਣੇ ਪੈਰ ਪਸਾਰ ਰਿਹਾ ਹੈ ਪਿੰਡਾਂ ਦੀਆਂ ਕੁੜੀਆਂ ਤੇ ਔਰਤਾਂ ਪੜ੍ਹਾਈ ਨੌਕਰੀ ਜਾਂ ਹੋਰ ਕਿੱਤਿਆਂ ਦੀ ਆੜ ਵਿੱਚ ਅਖੌਤੀ ਆਜ਼ਾਦੀ ਦਾ ਲਾਭ ਉਠਾ ਰਹੀਆਂ ਇਹ ਵੀ ਨਹੀਂ ਕਿ ਕੇਵਲ ਗਰੀਬ ਤੇ ਮਜਬੂਰ ਔਰਤਾਂ ਹੀ ਇਸ ਧੰਦੇ ਚੰਨ ਬਲਕਿ ਵੱਡੇ-ਵੱਡੇ ਅਮੀਰ ਘਰਾਣਿਆਂ ਦੀ ਘਰਾਣਿਆਂ ਦੀਆਂ ਅਮੀਰ ਔਰਤਾਂ ਤੇ ਕੁੜੀਆਂ ਵੀ ਕਾਲ 걸 ਦੇ ਰੂਪ 'ਚ ਵੱਡੇ-ਵੱਡੇ ਹੋਟਲਾਂ ਨਾਲ ਸੰਪਰਕ ਰੱਖਦੀਆਂ ਮਨਪਸੰਦ ਗਾਹਕ ਜਾਂ ਸਾਥੀ ਮਿਲਣ ਤੇ ਹੋਟਲਾਂ ਜਾ ਆਪਣੇ ਮਨਪਸੰਥਾਂ ਤੇ ਚिलियां ਜਾਂਦੀਆਂ। ਲੱਖੀ ਵਰਗੇ ਅਮੀਰ ਘਰਾਣਿਆਂ ਦੇ ਮੁੰਡੇ ਆਪਣੇ ਹੀ ਪਿੰਡ ਵਿੱਚ ਨਿਤ ਨਵੇਂ ਸ਼ਿਕਾਰ ਦੀ ਤਲਾਸ਼ ਚ ਰਹਿੰਦੇ ਐ। ਜਿੱਥੇ ਪੈਸਾ ਵਿਅਕਤੀ ਦੀ ਮੁੱਖ ਲੋੜ ਬਣ ਚੁੱਕਾ ਹੈ, ਉਥੇ ਸੌਖੇ ਢੰਗ ਨਾਲ ਪੈਸਾ ਕਮਾਉਣ ਦਾ ਦੇ ਵਿਪਾਰ ਦਾ ਤਰੀਕਾ ਪੁਲਿਸ ਤੇ ਪ੍ਰਸ਼ਾਸਨ ਦੀ ਮੂਕ ਰਜ਼ਾਮੰਦੀ ਨਾਲ ਦਿਨ-ਪ੍ਰਤੀ ਦਿਨ ਫੈਲ ਰਿਹਾ ਹੈ। ਨੌਜਵਾਨ ਤਬਕਾ ਜਿਹਨੂੰ ਨਾ ਤਾਂ ਸੈਕਸ ਬਾਰੇ ਕੋਈ ਗਿਆਨ ਜਾਂ ਸਿੱਖਿਆ ਦਿੱਤੀ ਜਾਂਦੀ ਹੈ, ਨਾ ਹੀ ਉਹ ਆਪ ਸਹੀ ਸਿੱਖਿਆ ਲੈਣਾ ਚਾਹੁੰਦਾ। ਬਸ ਆਪਣੀਆਂ ਪਸ਼ੂ ਬਿਰਤੀਆਂ ਨੂੰ ਪਸ਼ੂਆਂ ਵਾਂਗ ਪੂਰਾ ਕਰਨਾ ਚਾਹੁੰਦਾ ਹੈ ਪਸ਼ੂ ਤਾਂ ਕੁਦਰਤ ਅਨੁਸਾਰ ਇੱਕ ਨਿਸ਼ਚਿਤ ਸਮੇਂ ਹੀ ਸੈਕਸ ਭੋਗਦੇ ਹੈ ਪਰ ਮਨੁੱਖ ਲਈ ਇਹ ਹੁਣ ਕੇਵਲ ਸੰਤਾਨ ਪੈਦਾ ਕਰਨ ਦੀ ਚੀਜ਼ ਸੀ ਨਹੀਂ ਸਗੋਂ ਇਸ ਤੋਂ ਬਹੁਤ ਵੱਡੇ ਆਨੰਦ ਦੀ ਪ੍ਰਾਪਤੀ ਕਰਦਾ ਹੈ ਆਰਥਿਕ ਪੱਖੋਂ ਸੌਖੇ ਵਿਅਕਤੀ ਸੈਕਸ ਨੂੰ ਹੀ ਜ਼ਿੰਦਗੀ ਦਾ ਮਕਸਦ ਬਣਾ ਲੈਂਦੇ ਹੈ ਇਹ ਬਿਲਕੁਲ ਸੱਚ ਹੈ ਕਿ ਸੈਕਸ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਪਰ ਸੈਕਸ ਹੀ ਜ਼ਿੰਦਗੀ ਨਹੀਂ ਲੱਖੀ ਵਰਗੇ ਮੁੰਡੇ ਸੈਕਸ ਨੂੰ ਹੀ ਜ਼ਿੰਦਗੀ ਬਣ ਬੈਠਦੇ ਆ। ਹੁਣ ਇਹ ਲੱਖੀ ਤੇ ਉਹਦੇ ਦੋਸਤਾਂ ਦਾ ਧੰਦਾ ਹੀ ਬਣ ਗਿਆ ਸੀ। ਪਤਾ ਨਹੀਂ ਕਿੰਨਾ ਸਮਾਂ ਉਹਨਾਂ ਦਾ ਇਹ ਕੰਮ ਨਿਰੰਤਰ ਚੱਲਦਾ ਰਿਹਾ। ਘਰ ਦੇ ਅੱਗੇ ਉਹ ਰਾਤਾਂ ਬਾਹਰ ਕੱਟਣ ਦਾ ਕੋਈ ਨਾ ਕੋਈ ਬਹਾਨਾ ਕਰਦੇ ਰਹਿੰਦੇ। ਬਦਲ-ਬਦਲ ਕੇ ਦੋਸਤਾਂ ਦੀਆਂ ਮੋਟਰਾਂ ਵਾਲੇ ਕੋਠਿਆਂ 'ਚ ਰਾਤਾਂ ਕੱਟਦੇ ਰਹੇ। ਜਿੱਥੇ ਹਮੇਸ਼ਾ ਕੋਈ ਨਾ ਕੋਈ ਨਵੀਂ ਕੁੜੀ ਲਿਆਂਦੇ ਜਾਂਦੇ। ਬਸ ਇਹਨਾਂ ਕੋ ਜ਼ਰੂਰ ਸੀ ਕਿ ਕੁੜੀ ਰਜ਼ਾਮੰਦੀ ਨਾਲ ਲਿਆਂਦੀ ਜਾਂਦੀ ਸੀ। ਜਿਸ ਕਰਕੇ ਅੱਜ ਤੱਕ ਉਹਨਾਂ ਬਾਰੇ ਬਾਹਰ ਕੋਈ ਪਾਪ ਨਹੀਂ ਨਿਕਲੀ ਸੀ। ਕੋਈ ਜ਼ੋਰ ਜ਼ਬਰਦਸਤੀ ਜਦ ਤੱਕ ਆ ਨਹੀਂ ਹੋ ਰਿਆ ਸੀ ਸਗੋਂ ਸਭ ਕੁਝ ਪੈਸੇ ਦੇ ਬਲ ਉੱਤੇ ਹੋਈ ਜਾ ਰਿਹਾ ਸੀ ਲੱਖੀ ਤੇ ਉਹਦੇ ਦੋਸਤਾਂ ਨੇ ਬਹੁਤ ਕੁੜੀਆਂ ਨਾਲ ਮੋਜਾਂ ਮਾਣੀਆਂ ਸੀ ਕਦੇ ਕੋਈ ਪਰੇਸ਼ਾਨੀ ਨਹੀਂ ਹੋਈ ਸੀ ਲੱਖੀ ਨੂੰ ਤਾਂ ਸਗੋਂ ਜੇ ਮੌਕਿਆਂ ਉੱਤੇ ਵੱਖਰਾ ਹੀ ਚਾੜ ਜਾਂਦਾ ਸੀ ਪਰ ਉਸ ਰਾਤ ਤਾਂ ਲੱਖੀ ਦੀਆਂ ਮੰਦੀਆਂ ਮੰਨ ਚ ਹੀ ਰਹਿ ਗਈਆਂ ਸੀ ਆਪਣੇ ਖੇਤ ਦੇ ਮੋਟਰ ਵਾਲੇ ਕੋਠੇ 'ਚ ਉਹਨੇ ਆਪ ਹੀ ਤਾਂ ਸਾਰਾ ਪ੍ਰਬੰਧ ਬੜੇ ਚਾਰ ਨਾਲ ਕੀਤਾ ਸੀ ਖਾਣ ਪੀਣ ਭੋਗਣ ਦਾ ਪ੍ਰਬੰਧ ਕਰਕੇ ਉਹ ਘਰੇ ਵੀ ਬਹਾਨਾ ਕਰਕੇ ਗਿਆ ਸੀ ਕਿ ਅੱਜ ਦੀ ਰਾਤ ਉਹ ਆਪਣੇ ਦੋਸਤ ਦੀਪੀ ਕੋਲ ਸੌਏਗਾ ਪਰ ਅਸਲ ਚ ਤਾਂ ਉਹਨੇ ਝੂਠਾ ਬਹਾਨਾ ਲਾਇਆ ਸੀ ਸਕੀਮ ਅਨੁਸਾਰ ਉਹ ਅੱਜ ਪੰਜ ਦੋਸਤ ਇਕੱਠੇ ਹੋਏ ਸੀ ਪਿੰਡ ਦੀ ਇੱਕ ਕੁੜੀ ਉਹਨਾਂ ਦੀ ਭੁੱਖ ਮਿਟਾਉਣ ਲਈ ਲਿਆਂਦੀ ਗਈ ਸੀ ਕੁੜੀ ਭਾਵੇਂ ਸੋਹਣੀ ਨਹੀਂ ਸੀ ਪਰ ਉਮਰ 'ਚ ਪਹਿਲੀਆਂ ਨਾਲੋਂ ਕੁਝ ਛੋਟੀ ਸੀ ਉਹਨਾਂ ਨੂੰ ਆਪਣੇ ਖੇਤ ਕਿਸੇ ਦੇ ਆਉਣ ਦਾ ਡਰ ਵੀ ਨਹੀਂ ਸੀ ਕੁੜੀ ਦੇ ਰੌਲਾ ਪਾਉਣ ਜਾਂ ਬਦਨਾਮੀ ਦਾ ਵੀ ਉਹਨਾਂ ਨੂੰ ਕੋਈ ਡਰ ਨਹੀਂ ਸੀ ਕਿਉਂਕਿ ਕੁੜੀ ਪੂਰੀ ਤਰ੍ਹਾਂ ਰਜ਼ੀ ਰਜ਼ਾਮੰਦੀ ਨਾਲ ਆਈ ਸੀ ਲੱਖੀ ਦੇ ਤਿੰਨ ਦੋਸਤ ਪਹਿਲੇ ਕੁੜੀ ਨੂੰ ਭੋਗ ਚੁੱਕੇ ਸੀ ਲੱਖੀ ਦੀ ਵਾਰੀ ਚੌਥੇ ਨੰਬਰ ਤੇ ਆਈ ਸੀ ਪਤਾ ਨਹੀਂ ਕਿਉਂ ਲੱਖੀ ਦੇ ਮਨ 'ਚ ਕੋਈ ਜਾਤਮਿਕ ਗਿਲਾਨੀ ਜੀ ਪੈਦਾ ਹੋ ਗਈ ਉਹਦੀ ਸਾਰੀ ਕਾਮ ਭੁੱਖ ਜਾਂਦੇ ਰਹੀ ਉਹਨੇ ਬਥੇਰਾ ਮਨ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਤਨ ਮਨ ਜਵਾਬ ਦੇ ਗਿਆ ਪੂਰੀ ਤਰ੍ਹਾਂ ਸਫਲ ਹੋ ਚੁੱਕਿਆ ਸੀ ਕਿਉਂਕਿ ਉਹਨੂੰ ਕਾਮ ਸਬੰਧਾਂ ਬਾਰੇ ਮਨੋਵਿਗਿਆਨਕ ਜਾਣਕਾਰੀ ਨਹੀਂ ਸੀ ਇਸ ਲਈ ਉਹਦੇ ਮਨ ਉੱਤੇ ਇਸ ਅਸਫਲਤਾ ਦਾ ਬਹੁਤ ਹੀ ਬੁਰਾ ਪ੍ਰਭਾਵ ਪੈ ਗਿਆ ਸੀ ਅੱਜ ਦੀ ਅਸਫਲਤਾ ਉਹਨੂੰ ਹਮੇਸ਼ਾ ਹੀ ਅਸਫਲਤਾ ਲੱਗਦੀ ਸੀ ਇਹ ਗਿਆਨਤਾ ਕਰ ਉਹ ਆਪਣੇ ਆਪ ਨੂੰ ਨਾਮਰਦ ਸਮਝਣ ਲੱਗ ਪਿਆ ਇਹ ਘਟਨਾ ਸਿਰਫ ਲੱਖੀ ਨਾਲ ਹੀ ਨਹੀਂ ਵਾਪਰੀ ਸੀ ਬਲਕਿ ਹਜ਼ਾਰਾਂ ਹੀ ਨੌਜਵਾਨਾਂ ਨਾਲ ਅਜਿਹਾ ਕੁਝ ਵਾਪਰਿਆ ਇਹਨਾਂ 'ਚ ਬਹੁਤੇ ਨੌਜਵਾਨ ਮਾਨਸਿਕ ਰੋਗੀ ਹੋ ਕੇ ਆਤਮ ਹੱਤਿਆ ਵੀ ਕਰ ਚੁੱਕੇ ਐ ਪਰ ਜਿਨ੍ਹਾਂ ਨੇ ਸਮੇਂ ਸਿਰ ਆਪਣੇ ਮਾਨਸਿਕ ਰੋਗ ਨੂੰ ਜਾਣ ਲਿਆ ਤੇ ਇਲਾਜ ਕਰਵਾ ਲਿਆ ਉਹ ਅੱਜ ਪੂਰਾ ਸਫਲ ਸੈਕਸੀ ਜੀਵਨ ਜੀ ਰਹੇ ਐ ਜ਼ਿੰਦਗੀ 'ਚ ਦੁਬਾਰਾ ਉਹਨਾਂ ਨੂੰ ਕਦੇ ਅਸਫਲਤਾ ਦਾ ਮੂੰਹ ਨਹੀਂ ਦੇਖਣਾ ਪਿਆ ਦੇਖਣ ਨੂੰ ਇਹ ਬਿਲਕੁਲ ਸਧਾਰਨ ਵਰਤਾਰਾ ਜਾਪਦਾ ਹੈ ਅਸਲ ਵਿੱਚ ਕਦੇ-ਕਦੇ ਅਜਿਹੀ ਘਟਨਾ ਭਿਆਨਕ ਮਨੋਰੋਗ ਬਣ ਕੇ ਵਿਅਕਤੀ ਦੀ ਜਾਨ ਹੀ ਲੈ ਲੈਂਦੀ ਹੈ ਸਾਡੇ ਸਮਾਜ ਵਿੱਚ ਕਿਸੇ ਵੀ ਵਿਅਕਤੀ ਦੀ ਮਰਦਾਨਗੀ ਦੀ ਪਰਖ ਉਹਦੇ ਸੈਕਸ ਬੰਦਾ ਨਾਲ ਜੋੜ ਕੇ ਹੀ ਦੇਖੀ ਜਾਂਦੀ ਹੈ ਜੋ ਵਿਅਕਤੀ ਮਰਦ ਔਰਤ ਦੇ ਜਿੰਸੀ ਸੰਬੰਧਾਂ 'ਚ ਖਰਾ ਉਤਰਦਾ ਹੈ ਉਹਨੂੰ ਸਹੀ ਮਰਦ ਸਮਝਿਆ ਜਾਂਦਾ ਹੈ ਵਿਸ਼ੇਸ਼ ਤੌਰ ਤੇ ਜੋ ਮਰਦ ਕਿਸੇ ਵੀ ਔਰਤ ਨਾਲ ਅਜਿਹੇ ਸੰਬੰਧਾਂ ਬਾਰੇ ਅਸਫਲ ਰਹਿੰਦਾ ਹੈ ਉਹ ਆਪਣੀਆਂ ਨਜ਼ਰਾਂ 'ਚ ਤਾਂ ਡਿੱਗਦਾ ਹੀ ਹੈ ਸੋਗ ਉਸਾਰਤ ਦੀਆਂ ਨਜ਼ਰਾਂ ਤੋਂ ਵੀ ਗਿਰ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਬਹੁਤੇ ਨੌਜਵਾਨ ਅਜਿਹੀ ਨਮੋਸ਼ੀ ਨੂੰ ਚੱਲ ਨਹੀਂ ਸਕਦੇ। ਘੋਰ ਉਦਾਸੀ ਦੀ ਹਾਲਤ ਵਿੱਚ ਉਹ ਜਿਉਣ ਨਾਲੋਂ ਮਰਨ ਨੂੰ ਵੀ ਤਰਜੀਹ ਦਿੰਦੇ ਆ। ਚੁੱਪਚਾਪ ਬਿਨਾਂ ਕਿਸੇ ਨੂੰ ਦੱਸਿਓ ਖੁਦਕੁਸ਼ੀ ਕਰ ਲੈਂਦੇ ਆ। ਇਸ ਘਟਨਾ ਤੋਂ ਬਾਅਦ ਲਖੀ ਵੀ ਅਜਿਹੀ ਨਮੋਸ਼ੀ ਵਾਲੀ ਹਾਲਤ ਦਾ ਸ਼ਿਕਾਰ ਹੋ ਗਿਆ ਸੀ ਪਰ ਖੁਦਕੁਸ਼ੀ ਕਰਨ ਨਾਲ ਨਾਲ ਉਹਨੇ ਦੂਜਾ ਰਾਹ ਚੁਣ ਲਿਆ ਸੀ। ਇਹ ਦੂਜਾ ਰਾਹ ਸੀ ਮਨੋਰੋਗ ਮਾਹਿਰ ਨੂੰ ਮਿਲਣਾ। ਉਹ ਤੇ ਉਹਦਾ ਦੋਸਤ ਦੀਪੀ ਇਸ ਗੱਲ ਨੂੰ ਤਾਂ ਸਮਝਦੇ ਸੀ ਕਿ ਲਖੀ ਸਰੀਰਕ ਤੌਰ ਤੇ ਨਾ ਮਰਦ ਨਹੀਂ ਸੀ ਇਹ ਗੱਲ ਉਹਨਾਂ ਨੂੰ ਆਪ ਹੀ ਤਸੱਲੀ ਦੇ ਰਹੀ ਸੀ ਕਿ ਜੇ ਉਹ ਨਾ ਮਰਦ ਹੁੰਦਾ ਤਾਂ ਪਹਿਲੇ ਇਸ ਬੰਧਨਾਂ 'ਚ ਵੀ ਕਾਮਯਾਬ ਨਾ ਹੋਇਆ ਹੁੰਦਾ ਉਹ ਇਹਨੂੰ ਮਨ ਦਾ ਡਰ ਜਾਂ ਮੌਕੇ ਤੇ ਹੋਈ ਸਰੀਰਕ ਕਮਜ਼ੋਰੀ ਸਮਝ ਰਹੇ ਸੀ ਇਸ ਡਰ ਜਾਂ ਕਮਜ਼ੋਰੀ ਨੂੰ ਦੂਰ ਕਰਨ ਲਈ ਉਹਨਾਂ ਨੇ ਨੇੜੇ ਦੇ ਸ਼ਹਿਰ ਵਿੱਚਲੇ ਮਨੋਰੋਗ ਮਾਹਿਰ ਨੂੰ ਮਿਲ ਕੇ ਸਮੱਸਿਆ ਦਾ ਹੱਲ ਕੱਢਣਾ ਚਾਇਆ ਸੈਕਸ ਦੀ ਜਾਣਕਾਰੀ ਬਾਰੇ ਜਿੰਨਾ ਕੂੜਾ ਕਰਕਟ ਸਾਹਿਤ ਭਾਰਤੀ ਸਮਾਜ ਚ ਪ੍ਰਚਲਿਤ ਹੈ ਉਹ ਸ਼ਾਇਦ ਹੋਰ ਕਿਸੇ ਦੇਸ਼ ਚ ਦੇਖਣ ਨੂੰ ਨਹੀਂ ਮਿਲਦਾ ਸਹੀ ਜਾਣਕਾਰੀ ਦੇਣ ਵਾਲਾ ਸਾਹਿਤ ਖਾਸ ਤੌਰ ਤੇ ਪੰਜਾਬੀ ਭਾਸ਼ਾ ਚ ਬਹੁਤ ਘੱਟ ਉਪਲਬਧ ਹੈ ਕੇਵਲ ਇੱਕ ਦਹਾਕੇ ਤੋਂ ਹੀ ਅਜੇ ਮਸਲਿਆਂ ਵੱਲ ਧਿਆਨ ਦਿੱਤਾ ਜਾਣ ਲੱਗਾ ਤੇ ਚੰਗੇ ਡਾਕਟਰਾਂ ਦੁਆਰਾ ਜੇ ਵੀ ਸੈਕਸ ਬਾਰੇ ਸਹੀ ਜਾਣਕਾਰੀ ਦੇਣ ਵਾਲੀਆਂ ਕਿਤਾਬਾਂ ਬਹੁਤ ਘੱਟ ਲਿਖੀਆਂ ਗਈਆਂ ਅਸਲ ਚ ਜੋਕੇ ਯੁੱਗ ਵਿੱਚ ਵੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਪੱਖ ਅਣਗੌਲਿਆ ਰਿਹਾ ਹਰ ਵਿਅਕਤੀ ਨੇ ਜੀਵਨ ਦੇ ਲੰਬੇ ਸਮੇਂ ਤੱਕ ਸੈਕਸ ਭੋਗਣਾ ਹੁੰਦਾ ਹੈ ਪਰ ਇਸ ਬਾਰੇ ਸਿੱਖਿਆ ਦੀ ਲਗਭਗਨ ਹੋਉਂਦੀ ਹੈ ਬੱਚੇ ਵੱਡੇ ਹੋ ਕੇ ਕੇਵਲ ਆਪਣੇ ਹਾਨੀਆਂ ਕੋਲੋਂ ਹੀ ਕੱਚ ਘੜੜ ਗਿਆਨ ਹਾਸਲ ਕਰਦੇ ਹੈ ਸੈਕਸ ਨੂੰ ਇੱਕ ਗੁਪਤ ਵਿਸ਼ਾ ਮੰਨਿਆ ਜਾਂਦਾ ਹੈ ਇਹਦੀ ਸਾਰੀ ਜਾਣਕਾਰੀ ਨੂੰ ਗੁਪਤ ਰੱਖਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਯੋਨ ਸਿੱਖਿਆ ਦੀ ਹਮਾਇਤ ਕਰਨ ਵਾਲੇ ਵਿਦਵਾਨਾਂ ਨੂੰ ਵੀ ਅਪਰਾਧੀ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਜੇਕਰ ਲੱਖੀ ਵਰਗੇ ਮੁੰਡਿਆਂ ਨੂੰ ਅਜਿਹੀਆਂ ਲਾਮਤਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਤਸਲ ਚ ਇਸ ਵਿਸ਼ੇ ਬਾਰੇ ਘੱਟ ਜਾਣਕਾਰੀ ਦਾ ਹੀ ਨਤੀਜਾ ਹੈ ਇਸ ਨਾਲ ਜੁੜੇ ਰੋਗਾਂ ਨੂੰ ਵੀ ਗੁਪਤ ਰੋਗਾਂ ਦੀ ਸ਼੍ਰੇਣੀ ਚ ਰੱਖਿਆ ਜਾਂਦਾ ਹੈ ਇਹਦਾ ਬੁਰਾ ਨਤੀਜਾ ਇਹ ਨਿਕਲਦਾ ਹੈ ਕਿ ਲੱਖਾਂ ਲੋਕ ਸ਼ਰਮ ਦੇ ਮਾਰੇ ਮਰਤਾ ਜਾਂਦੇ ਆ ਪਰ ਸਹੀ ਇਲਾਜ ਨਹੀਂ ਕਰਵਾ ਸਕਦੇ ਪਰ ਲੱਖੀ ਇਸ ਮਾਮਲੇ 'ਚ ਸਮਝਦਾਰ ਨਿਕਲਿਆ ਜਿਨੇ ਮਨੋਰੋਗ ਮਾਹਿਰ ਕੋਲੋਂ ਇਲਾਜ ਕਰਵਾਉਣ ਨੂੰ ਬਧੇਰੇ ਮਹੱਤਵ ਦਿੱਤਾ ਮਨੋਰੋਗ ਮਾਹਿਰ ਕੋਲ ਲੱਖੀ ਤੇ ਉਹਦਾ ਦੋਸਤ ਦੀ ਪੀ ਕੇਵਲ ਹੀ ਸੋਚ ਕੇ ਆਏ ਸੀ ਕਿਉਂ ਕੋਈ ਵਧੀਆ ਜੀ ਦਵਾਈ ਲਿਖ ਦੇਗਾ ਤੇ ਉਹ ਇਸ ਦਵਾਈ ਨੂੰ ਕਿਸੇ ਨਵੇਂ ਮੌਕੇ ਉੱਤੇ ਅਜ਼ਮਾ ਕੇ ਦੇਖ ਲੈਣਗੇ ਡਾਕਟਰ ਨੇ ਉਹਨਾਂ ਦੀ ਇੱਛਾ ਅਨੁਸਾਰ ਦਵਾਈ ਤਾਂ ਲਿਖ ਦਿੱਤੀ ਪਰ ਨਾਲ ਹੀ ਮਾਮਲੇ ਬਾਰੇ ਯੋਗ ਸਲਾਹ ਲੈਣ ਲਈ ਸਲਾਹਕਾਰ ਕੋਲ ਭੇਜ ਦਿੱਤਾ ਸਲਾਹਕਾਰ ਨੇ ਬੜੀ ਗੰਭੀਰਤਾ ਤੇ ਹਮਦਰਦੀ ਵਾਲੀ ਭਾਵਨਾ ਨਾਲ ਬੀਤੀ ਪੂਰੀ ਘਟਨਾ ਦੀ ਜਾਣਕਾਰੀ ਲਈ ਕੇਸ ਹਿਸਟਰੀ ਇਕੱਠੀ ਕੀਤੀ ਲੱਖੀ ਤੇ ਦੀਪੀ ਦੀ ਛੋਟੀ ਉਮਰ ਦੇਖ ਕੇ ਸਲਾਹਕਾਰ ਨੂੰ ਹੈਰਾਨੀ ਜ਼ਰੂਰ ਹੋਈ ਪਰ ਉਹ ਦੋਵੇਂ ਖੁੱਲ ਕੇ ਗੱਲਾਂ ਕਰ ਰਹੇ ਸਨ ਜਿਵੇਂ ਪ੍ਰਾਉੜੋ ਮਰਦੇ ਵਿਅਕਤੀ ਕਰਦੇ ਹਨ ਗੱਲਬਾਤ ਦਾ ਸਿਲਸਿਲਾ ਲਗਭਗ 1 ਘੰਟੇ ਤੱਕ ਚੱਲਦਾ ਰਿਹਾ ਸਲਾਹਕਾਰ ਨੇ ਉਹਨਾਂ ਦੋਹਾਂ ਨੂੰ ਸੈਕਸ ਸੰਬੰਧਿਓ ਸਭ ਗੱਲਾਂ ਸਮਝਾਈਆਂ ਜਿਨ੍ਹਾਂ ਬਾਰੇ ਜਾਣਨਾ ਲੱਖੀ ਤੇ ਦੀਪੀ ਲਈ ਬਹੁਤ ਜ਼ਰੂਰੀ ਸੀ ਉਹਨਾਂ ਨੂੰ ਸੈਕਸ ਸੰਬੰਧਾਂ ਵਿੱਚੋਂ ਲੱਗਣ ਵਾਲੀਆਂ ਬਿਮਾਰੀਆਂ ਬਾਰੇ ਵੀ ਸੁਚੇਤ ਕੀਤਾ ਖਾਸ ਤੌਰ ਤੇ ਸਮਾਜ ਵਿੱਚ ਸੈਕਸ ਸੰਬੰਧਾਂ ਦੇ ਵਾਪਰ ਦੇ ਮਾੜੇ ਵਰਤਾਰੇ ਬਾਰੇ ਵੀ ਸੁਚੇਤ ਕੀਤਾ ਪੜਨ ਲਈ ਤੇ ਜਾਣਕਾਰੀ ਦੇ ਵਾਧਾ ਕਰਨ ਲਈ ਕੁਝ ਚੰਗੀਆਂ ਕਿਤਾਬਾਂ ਦਿੱਤੀਆਂ ਸਲਾਹਕਾਰ ਨਾਲ ਗੱਲਾਂ ਕਰਦਿਆਂ ਲੱਖੀ ਦੇ ਮਨ ਵਿੱਚ ਦਾ ਭਾਰ ਹਲਕਾ ਹੁੰਦਾ ਜਾ ਰਿਹਾ ਸੀ। ਉਹਨੂੰ ਉਹਦੀ ਅਸਫਲਤਾ ਦੇ ਕਾਰਨਾਂ ਬਾਰੇ ਜਾਣੂ ਕਰਵਾ ਦਿੱਤਾ ਗਿਆ ਸੀ। ਉਹ ਆਪਣੇ ਆਪ ਨੂੰ ਹੁਣ ਟੈਨਸ਼ਨ ਫਰੀ ਮਹਿਸੂਸ ਕਰ ਰਿਹਾ ਸੀ। ਲਗਭਗ ਇੱਕ ਘੰਟੇ ਦੀ ਗੱਲਬਾਤ ਤੋਂ ਬਾਅਦ ਲੱਖੀ ਤੇ ਉਹਦਾ ਦੋਸਤ ਜੀਤੂ ਅੰਦਾਜ਼ੇ ਕਰ ਜਾ ਰਹੇ ਸੀ। ਸ਼ਾਇਦ ਕਿਸੇ ਨਵੀਂ ਅਜ਼ਮਾਇਸ਼ ਲਈ ਤਿਆਰ ਹੋਣ ਵਾਸਤੇ। ਭਾਵੇਂ ਉਹਨਾਂ ਨੂੰ ਹਰ ਤਰ੍ਹਾਂ ਦੇ ਖਤਰਿਆਂ ਤੋਂ ਸੁਚੇਤ ਕੀਤਾ ਗਿਆ ਸੀ। ਪਰ ਸਲਾਹਕਾਰ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਇਨਾ ਵਿਗੜੇ ਮੁੰਡਿਆਂ ਉੱਤੇ ਉਹਦੀਆਂ ਸਿੱਖਿਆਦਾਇਕ ਗੱਲਾਂ ਦਾ ਅਸਰ ਬਹੁਤ ਲੰਮਾ ਸਮਾਂ ਨਹੀਂ ਰਹੇਗਾ। ਅੱਲੜ ਉਮਰ ਜਈ ਚੰਗੀ ਸਿੱਖਿਆ ਦੀ ਬਹੁਤੀ ਪਰਵਾਹ ਨਹੀਂ ਕਰਦੀ ਪਰ ਇਤਿਹਾਸ ਗਵਾਹ ਹੈ ਕਿ ਸਮਾਜ ਮਨੁੱਖ ਨੂੰ ਬਹੁਤ ਕੁਝ ਸਿਖਾ ਤੇ ਸਮਝਾ ਦਿੰਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਮਾਜ ਵਿੱਚ ਲੱਖੀ ਤੇ ਦੀਪੀ ਵਰਗੇ ਕਰੋੜਾਂ ਮੁੰਡਿਆਂ ਦੇ ਵਿਗੜਨ ਦੇ ਸਬੰਧ ਵਿੱਚ ਦੋਸ਼ੀ ਕਿਨੂੰ ਠਹਿਰਾਇਆ ਜਾਏ? ਕਿ ਸਾਰੇ ਅਮੀਰਾਂ ਜਾਂ ਪੈਸੇ ਵਾਲਿਆਂ ਦੇ ਮੁੰਡੇ ਲੱਖੀ ਵਾਂਗ ਵਿਗੜਦੇ? ਉੱਤਰ ਹੈ ਨਹੀਂ। ਅਸਲੀ ਕਾਰਨ ਹੈ ਸਮਾਜ ਵਿੱਚ ਅਸਲੀ ਸਿੱਖਿਆ ਦੀ ਘਾਟ ਮੁੱਢਲੀ ਸਿੱਖਿਆ ਬੱਚੇ ਨੂੰ ਆਪਣੇ ਮਾਤਾ ਪਿਤਾ ਘਰ ਪਰਿਵਾਰ ਵਿੱਚੋਂ ਮਿਲਣੀ ਹੁੰਦੀ ਹੈ ਚੰਗੇ ਜਾਂ ਮਾੜੇ ਸਸਕਾਰ ਸੰਸਕਾਰ ਘਰ ਪਰਿਵਾਰ ਵਿੱਚੋਂ ਹੀ ਮਿਲਨੇ ਹੁੰਦੇ ਹੈ ਭਾਰਤ ਦੇ ਸਕੂਲ ਕਾਲਜਾਂ ਕਾਲਜ ਤਾਂ ਬੱਚਿਆਂ ਨੂੰ ਕੇਵਲ ਰਸਮੀ ਸਿੱਖਿਆ ਹੀ ਦਿੰਦੇ ਹੈ ਜਿਹੜੀ ਕੈਰੀਅਰ ਨੂੰ ਮੁੱਖ ਰੱਖ ਕੇ ਲਈ ਜਾਂਦੀ ਹੈ ਉਥੋਂ ਕਿਸੇ ਪ੍ਰਕਾਰ ਦੇ ਚੰਗੇ ਸੰਸਕਾਰਾਂ ਦੀ ਆਸ਼ਾ ਕਰਨਾ ਮਾਂ ਬਾਪ ਦਾ ਇਸ ਪੱਖੋਂ ਫ੍ਰੀ ਹੋ ਜਾਣਾ ਹਮੇਸ਼ਾ ਨੁਕਸਾਨਦਾਇਕ ਸਿੱਧ ਹੁੰਦਾ ਹੈ ਇਸ ਕਰਕੇ ਬੱਚਿਆਂ ਦੀ ਸਹੀ ਚਰਿੱਤਰ ਉਸਾਰੀ ਦਾ ਕੰਮ ਮਾਪੇ ਨੂੰ ਖੁਦ ਹੀ ਆਪਣੇ ਹੱਥਾਂ 'ਚ ਰੱਖਣਾ ਪਏਗਾ ਇਹ ਜ਼ਰੂਰੀ ਵੀ ਹੈ ਤਦ